ਹਾਂਜੀ ਦੋਸਤੋ, ਮੈਂ ਤੁਹਾਡਾ ਚੀਵਾ ਬਾਈ ਸਿਆਲਕੋਟੀ ਤੇ ਬਾਈ ਜੀ ਬਾਬਾ ਜੀ ਦੇ ਘਰ ਤੋਂ ਨਿਕਲ ਕੇ ਅਸੀਂ ਨਿਕਲ ਰਹੇ ਤੇ ਦੇਖੋ ਜੀ ਇੱਥੇ ਕਿੰਨੇ ਵੱਡੇ ਅਦਾਰੇ ਵਿੱਚ ਕੰਮ ਚੱਲ ਰਿਹਾ। ਆਪਣਾ ਕਰਤਾਰਪੁਰ ਸਾਹਿਬ ਜਿਹੜਾ 4.5 ਕਿਲੋਮੀਟਰ ਦਾ ਰਸਤਾ ਹੈ ਉਹਨੂੰ ਵੇਖੋ ਜੀ ਕਿੰਨਾ ਜ਼ਬਰਦਸਤ ਤਰੀਕੇ ਨਾਲ ਤਿਆਰ ਕਰ ਰਹੇ ਨੇ। ਤੇ ਹੁਣ ਬਾਈ ਬਾਜਵਾ ਸਾਹਿਬ ਨੇ ਮੈਨੂੰ ਦੱਸਿਆ ਕਿ 1330 ਏਕੜ ਜ਼ਮੀਨ ਅਕਵਾਇਰ ਕਰ ਲਈ ਹੈ ਆਪਣੀ ਪਾਕਿਸਤਾਨ ਗੌਰਮੈਂਟ ਨੇ। ਯੂਨੀਵਰਸਿਟੀਆਂ, ਸਕੂਲ, ਹੋਟਲ, ਬੈਂਕ ਤੇ ਬਹੁਤ ਵੱਡੇ ਅਦਾਰੇ ਵਿੱਚ ਕੰਮ ਹੋ ਰਿਹਾ ਜੀ। ਇਹ ਵੇਖੋ ਜੀ, ਮੈਂ ਕਿਹਾ ਬੇਸ਼ੁਮਾਰ ਕੰਮ ਚੱਲਣ ਡਿਆ ਵੇ, ਇੰਨਾ ਜ਼ਬਰਦਸਤ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਇਹ ਵੇਖੋ ਜੀ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੰਮ ਚੱਲ ਰਿਹਾ। ਬੜੇ ਵੱਡੇ ਵੱਡੇ ਪ੍ਰੋਜੈਕਟ ਪੈਟਰੋਲ ਪੰਪ ਆਰਜੀ ਤੌਰ ਤੇ ਲਾ ਦਿੱਤੇ ਗਏ ਨੇ ਕਿ ਆਰਜੀ ਤੌਰ ਤੇ ਪੈਟਰੋਲ ਪੰਪ ਲਾ ਦੇ, ਕਿਉਂਕਿ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਸੀ ਉਹਨਾਂ ਨੂੰ। ਤੇ ਬਾਈ ਜੀ, ਇਹ ਇੱਕ ਬੜਾ ਖੂਬਸੂਰਤ ਸ਼ਹਿਰ ਵਸਿਆ ਜਾਏਗਾ, ਇੱਕ ਤਾਰੀਖ ਲਿਖੀ ਜਾਏਗੀ ਇਸ ਸ਼ਹਿਰ ਦੀ ਕਿ ਬਾਬੇ ਨਾਨਕ ਦਾ ਵੀ ਇੱਕ ਏਡਾ ਵੱਡਾ ਸ਼ਹਿਰ ਤਿਆਰ ਹੋ ਰਿਹਾ। ਤੇ ਇਹ ਵੇਖੋ ਜੀ ਕਰਤਾਰਪੁਰ ਸਾਹਿਬ 1330 ਏਕੜ ਜ਼ਮੀਨ ਨੂੰ ਅਕਵਾਇਰ ਕਰ ਲਿਆ ਗਿਆ, ਉਹਨਾਂ ਨੂੰ ਪੇਮੈਂਟਾਂ ਵੀ ਕਰ ਦਿੱਤੀਆਂ ਨੇ। ਇਹਦਾ ਨਾਮ ਬਾਬੇ ਨੇ ਕਰਤਾਰਪੁਰ ਰੱਖਿਆ ਸੀ ਤੇ ਇਸ ਜਗ੍ਹਾ ਦਾ, ਇਸ ਜਗ੍ਹਾ ਦਾ ਬਾਬਾ ਜੀ ਨੇ ਨਾਮ ਰੱਖਿਆ ਸੀ ਕਰਤਾਰਪੁਰ ਸਾਹਿਬ। ਤੇ ਜਨਾਬ ਨਾਲ ਕੰਮ ਕਰਨ ਕੇ ਜਿਹੜਾ ਖਾਂਦਾ ਹੈ ਕਰਤਾਰ, ਉਹ ਨੀ ਮਤਲਬ ਇਹਦਾ ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਤੇ ਜਿਹੜੇ ਵਿਹਲੜ ਮਸੰਦ ਸਨ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਸੀ ਕਿ ਮਿਹਨਤ ਕਰਕੇ ਤੇ ਬਾਬਾ ਜੀ ਤੇ ਮਿਹਨਤ ਕਰਕੇ ਆਪਣਾ ਚੰਗਾ ਵੀਰ ਜੀ, ਮੈਂ ਤੁਹਾਡਾ ਚੀਮਾ ਬਾਈ ਸਿਆਲਕੋਟੀ ਤੇ ਇੱਕ ਤਾਰੀਖ ਯਾਦ ਰੱਖੀ ਜਾਏਗੀ ਤਾਂ ਉਮਰ ਬਾਜਵਾ ਸਾਹਿਬ, ਪਰਵੇਜ਼ ਬਾਜਵਾ ਸਾਹਿਬ ਤੇ ਮੇਰਾ ਵੀਰ ਅੰਦਰੀਸ ਬਾਜਵਾ ਨੇ ਇਸ ਜਗ੍ਹਾ ਨੂੰ ਸਾਨੂੰ ਇੱਥੇ ਪਹੁੰਚਾਇਆ ਤੇ ਉਹਨਾਂ ਦੀ ਟੀਮ, ਉਹ ਗੱਡੀਆਂ ਸਾਹਮਣੇ ਜਾ ਰਹੀ ਹੈ, ਉਹਨਾਂ ਦੀ ਟੀਮ ਸਾਨੂੰ ਨਾਲ ਲੈ ਕੇ ਆਈ ਤੇ ਵੇਖ ਲਓ ਜੀ ਅੱਜ ਕਿਸੇ ਕੋਲ ਟਾਈਮ ਨਹੀਂ ਹੈ ਤੇ ਉਹਨਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ। ਦਿਲ ਤੋਂ ਦੁਬਾਰਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਚੀਮਾ ਫੈਮਿਲੀ, ਸ਼ੁਕਰੀਆ ਵੀਰ ਜੀ, ਧੰਨਵਾਦ।